ਚਿੰਤਾ ਦੇ ਆਲਮ ਦੇ ਵਿੱਚ ਡੁੱਬਿਆ ਇਹ ਉਹੀ ਨੌਜਵਾਨ ਬੰਦ ਕਮਰੇ ਦੇ ਅੰਦਰ ਬੈਠ ਆਪਣੇ ਮੋਬਾਈਲ ਫੋਨ ਦੇ ਵਿੱਚੋਂ ਮੀਡੀਆ ਨੂੰ ਉਹੀ ਕੁੜੀ ਦੀਆਂ ਤਸਵੀਰਾਂ ਦਿਖਾ ਰਿਹਾ ਜਿਹੜੀ ਕੁੜੀ ਦੇ ਹਸੀਨ ਮੁਖੜੇ ਨੇ ਇਸ ਮੁੰਡੇ ਨੂੰ ਆਪਣੇ ਇਸ਼ਕ ਦੇ ਵਿੱਚ ਅੰਨਾ ਕਰ ਦਿੱਤਾ ਸੀ। ਪਰ ਇਹ ਇਸ਼ਕ ਦੀ ਕਹਾਣੀ ਬਹੁਤਾ ਲੰਮਾ ਸਮਾਂ ਨਹੀਂ ਚੱਲ ਸਕੀ ਕਿਉਂਕਿ ਇਸ ਇਸ਼ਕ ਦੀ ਕਹਾਣੀ ਦੇ ਪਿੱਛੇ ਇੱਕ ਸਵਾਰਥੀ ਚਿਹਰਾ ਛੁਪਿਆ ਹੋਇਆ ਸੀ। ਅਸਲ 'ਚ ਇਹ ਨੌਜਵਾਨ ਸਰਹੱਦੀ ਇਲਾਕੇ ਦੇ ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡ ਪੱਖੋਕੇ ਟਾਹਲੀ ਸਾਹਿਬ ਦਾ ਰਹਿਣ ਵਾਲਾ ਰਾਜਾ ਮਸੀਹ ਹੈ, ਜਿਸ ਦੀ ਸੋਸ਼ਲ ਮੀਡੀਆ 'ਤੇ ਇੱਕ ਕੁੜੀ ਦੇ ਨਾਲ ਗੱਲਬਾਤ ਹੋ ਜਾਂਦੀ ਹੈ, ਜੋ ਕਿ ਖੁਦ ਨੂੰ ਗੋਰਿਆਂ ਦੇ ਦੇਸ਼ ਲੰਡਨ ਦੀ ਵਸਨੀਕ ਦੱਸਦੀ ਹੈ ਅਤੇ ਇਸ ਨੌਜਵਾਨ ਨੂੰ ਲੰਡਨ ਬੁਲਾਉਣ ਦਾ ਝਾਂਸਾ ਦੇ ਕੇ ਜੋ ਇਸ ਨੌਜਵਾਨ ਨਾਲ ਅੱਗੇ ਕੀਤਾ ਉਸ ਨੂੰ ਸੁਣ ਕੇ ਤੁਸੀਂ ਹੱਕੇ ਬੱਕੇ ਰਹਿ ਜਾਓਗੇ। ਪੂਰਾ ਮਾਮਲਾ ਸੁਣੋ ਇਸ ਨੌਜਵਾਨ ਦੇ ਮੂੰਹੋਂ। ਰਾਜਾ ਡੇਵਿਡ, ਮਾਮਲਾ ਇੱਦਾਂ ਹੋਇਆ ਕਿ ਮੈਨੂੰ ਨਾ ਫੇਸਬੁੱਕ 'ਤੇ ਇੱਕ ਫਰੈਂਡ ਹੋਈ ਸੀ ਅਤੇ ਫਰੈਂਡ ਦੇ ਜ਼ਰੀਏ ਫੇਸਬੁੱਕ 'ਤੇ ਇਹਨਾਂ ਨੇ ਮੈਨੂੰ ਮੈਸੇਜ ਦਿੱਤਾ, ਇੱਕ ਵਟਸਐਪ ਨੰਬਰ ਦਿੱਤਾ ਆ। ਉਹ ਤੋਂ ਬਾਅਦ ਵਟਸਐਪ 'ਤੇ ਚੈਟ ਹੋਈ ਹੈ। ਚੈਟ ਕਰਨ ਦੇ ਜ਼ਰੀਏ ਇਹਨਾਂ ਨੇ ਮੇਰੇ ਨਾਲ ਹੌਲੀ ਹੌਲੀ ਗੱਲ ਕਰਕੇ ਕਿ ਇਹਨਾਂ ਨੇ ਮੇਰੇ ਗੱਲ ਕੀਤੀ ਹੈ ਕਿ ਮੈਂ ਤੁਹਾਡੀ ਪੱਕੀ ਫਰੈਂਡ ਬਣ ਚੁੱਕੀ ਹਾਂ, ਕਿ ਮੈਂ ਤੁਹਾਨੂੰ ਲੈ ਕਰਦੀ ਹਾਂ। ਅਤੇ ਮੈਂ ਵੀ ਆ ਗਿਆ ਉਹਨਾਂ ਦੇ ਚਾਚੇ ਜੀ, ਠੀਕ ਹੈ ਜੀ। ਅਤੇ ਕਰਦੇ ਕਰਦੇ ਇਹਨਾਂ ਨੇ ਮੈਨੂੰ ਕਿਹਾ ਕਿ ਅਸੀਂ 10ਵੇਂ ਮਹੀਨੇ 30 ਤਰੀਕ ਨੂੰ ਆ ਰਹੇ ਹਾਂ ਇੰਡੀਆ। ਮੈਂ ਠੀਕ ਹੈ ਜੀ। ਇਹਨਾਂ ਕਿਹਾ ਕਿ ਮੈਨੂੰ ਆਪਣਾ ਆਧਾਰ ਕਾਰਡ, ਆਪਣੇ ਪਰੂਫ ਸੈਂਡ ਕਰਦੇ। ਮੈਂ ਇਹਨਾਂ ਨੂੰ ਆਪਣੇ ਪਰੂਫ ਸੈਂਡ ਕਰਤੇ ਆ। ਕਹਿੰਦੇ ਕਿ ਲੰਡਨ ਤੋਂ ਸਾਨੂੰ ਨਾਲ ਲੈ ਕੇ ਜਾਵਾਂਗੇ। ਮੈਂ ਚਲੋ ਠੀਕ ਹੈ ਜੀ। ਮੈਂ ਮੈਸੇਜ ਫਿਰ ਭੇਜਿਆ, ਫਿਰ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੈ। ਇੰਡੀਆ ਮੇਰੀ ਇੱਕ ਫਰੈਂਡ ਆ, ਉਹਨਾਂ ਦਾ ਨੰਬਰ ਦਿੱਤਾ ਇਹਨਾਂ ਮੈਨੂੰ। ਉਹਨਾਂ ਨਾਲ ਮੇਰੀ ਗੱਲ ਹੋਈ ਆ। ਜਦੋਂ ਉਹਦੇ ਨਾਲ ਮੇਰੀ ਗੱਲ ਹੋਈ ਆ, ਉਹ ਮੈਨੂੰ ਕਹਿੰਦੀ ਕਿ ਸਾਰਾ ਕੁਝ ਤੇਰਾ ਰੈਡੀ ਆ, ਜਦੋਂ ਟੈਨਸ਼ਨ ਨਾ ਲੈ ਕਿਸੇ ਗੱਲ ਦੀ। ਤੂੰ ਮੈਨੂੰ 5 ਲੱਖ ਰੁਪਈਆ ਚਾਹੀਦਾ ਆ, ਉਹਦਾ ਬਾਹਰ ਜਾਣ ਲਈ ਕਾਫੀ ਪੈਸੇ ਲੱਗਦੇ ਆ। ਤਾਂ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ, 5 ਲੱਖ ਰੁਪਈਏ ਦੀ ਕੋਈ ਗੱਲ ਨਹੀਂ। ਕਿ ਜਦੋਂ ਅਸੀਂ ਦੁਬਈ ਦੇ ਵਿੱਚੋਂ ਆਏ ਹਾਂ, 2 ਜਣੇ ਮੇਰਾ ਇੱਕ ਦੋਸਤ ਵੀ ਆਏ ਨਾਲ, ਕਿ ਆਪਾਂ ਦੋਵਾਂ ਸੋਚਿਆ ਵੀ ਵੱਡੀ ਗਿਣਤਰੀ ਜ਼ਿਆਦਾ। ਅਤੇ ਅਸੀਂ ਇੱਥੇ ਆਣ ਕੇ ਕਿਸੇ ਨੂੰ ਨਾ ਪੈਸੇ ਨਾ ਉਹਨੇ ਆਪਣੇ ਘਰ ਦੇ ਵਿੱਚ ਦੱਸਿਆ ਕਿ ਸਾਡੇ ਕੋਲ ਪੈਸੇ ਹੈਗੇ ਆ। ਅਸੀਂ ਉੱਥੇ ਕਹਿ ਸਕਦੇ ਹਾਂ ਅਸੀਂ ਵੀ ਸਾਡੇ ਨੂੰ ਠੱਗੀ ਹੋ ਗਈ ਇੱਥੇ ਆਣ ਕੇ ਲਿਆ ਘਰਦਿਆਂ ਨੂੰ, ਅਤੇ ਉਹ ਪੈਸੇ ਅਸੀਂ ਆਪਣੇ ਕੋਲ ਰੱਖ ਲਏ, ਆਪਾਂ ਦੱਸਿਆ ਨਹੀਂ ਘਰਦਿਆਂ ਨੂੰ। ਅਤੇ ਜਦੋਂ ਮਤਲਬ ਵੀ ਮੇਰੀ ਇੱਧਰ ਗੱਲ ਬਾਹਰ ਦੀ ਗੱਲ ਚੱਲੀ ਹੈ ਆਪਣੀ ਫਰੈਂਡ ਦੇ ਨਾਲ, ਮੈਂ ਆਪਣੇ ਦੋਸਤ ਨਾਲ ਵੀ ਗੱਲ ਕੀਤੀ, ਕਹਿੰਦਾ ਕੋਈ ਨਹੀਂ, ਉਹਨੇ ਮੇਰੇ ਨਾਲ ਗੱਲ ਕੀਤੀ, ਕਹਿੰਦਾ ਜੇ ਭਰਨ ਦੀ ਗੱਲ ਤਾਂ ਠੀਕ ਆ, ਦੇ ਦੇ ਤਾਂ ਕੋਈ ਟੈਨਸ਼ਨ ਨਹੀਂ। ਮੈਂ ਠੀਕ ਹੈ ਜੀ। ਅਤੇ ਉਹਨੇ ਵੀ ਕਿਹਾ ਵੀ ਮੈਂ ਵੀ ਚੱਲਿਆ ਹਾਂ, ਅਤੇ ਕੋਈ ਗੱਲ ਨਹੀਂ, ਤੇ ਪੈਸੇ ਚਾਹੀਦੇ ਹੋਣਗੇ, ਅਤੇ ਕੋਈ ਗੱਲ ਨਹੀਂ, ਮੈਂ ਤੈਨੂੰ ਹੋਰ ਦੇ ਦਾਂਗਾ। ਮੈਂ ਕੋਈ ਨਹੀਂ ਦੇ ਲਾ। ਉਹਨੂੰ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਆ, ਉਹ ਕਹਿੰਦਾ ਕੋਈ ਨਹੀਂ, ਉਹਦਾ ਜੋ ਹੋਏਗਾ ਦੇਖੀ ਜਾਏਗੀ, ਮੈਂ ਦੇ ਗਿਆ। ਫਿਰ ਸਾਡੇ ਨਾਲ ਇੱਦਾਂ ਹੀ ਹੋਈ ਕਿ ਮੈਂ ਇਹਨਾਂ ਨਾਲ ਗੱਲ ਕੀਤੀ, ਇੰਡੀਆ ਵਾਲੀ ਫਰੈਂਡ ਨਾਲ ਇਹਨੇ ਮੈਨੂੰ ਗੱਲ ਕੀਤੀ, ਇਹਨੇ ਮੈਨੂੰ ਸੱਦਿਆ ਆਪਣਾ ਅੰਮ੍ਰਿਤਸਰ ਜੀਤ ਐਵਨਿਊ ਨਿਊ ਦੇ ਵਿੱਚ। ਇਹਦੇ ਨਾਲ ਗੱਲਬਾਤ ਕਾਫੀ ਟਾਈਮ ਚੱਲਦੀ ਰਹੀ, ਉਹਨੇ ਮੈਨੂੰ ਪਤਾ ਤੇ ਕੁਛ ਆਪਣਾ ਐਡਰੈਸ ਤੇ ਦੱਸਿਆ ਨੀ, ਮੈਨੂੰ ਇਹੋ ਹੀ ਗੱਲ ਕੀਤੀ ਕਿ ਇੰਡੀਆ ਆ ਰਹੇ ਨੇ, ਕਿ ਮੇਰੀ ਫਰੈਂਡ ਇੰਡੀਆ ਆ ਰਹੀ, ਇਹਨਾਂ ਤੋਂ ਸਾਨੂੰ ਨਾਲ ਲੈ ਜਾਣਾ ਆ। ਮੈਂ ਇੱਥੇ ਤੈਨੂੰ ਕਿਸੇ ਚੀਜ਼ ਦੀ ਮਤਲਬ ਟੈਨਸ਼ਨ ਨਹੀਂ ਹੈਗੀ, ਜਿਹੜਾ ਰੈਸਟੋਰੈਂਟ ਵੀ ਉਹ ਵੀ ਮੈਂ ਕਰਾਵਾਂ, ਘਰ ਵੀ ਜਿਹੜਾ ਮੇਰਾ, ਗੱਡੀ ਵੀ ਮੇਰੀ ਹੋਏਗੀ।
ਮੈਂ ਕਾਫੀ ਟਾਈਮ ਸੋਚ ਕੇ ਅਸਵਾਸ ਕਰਦਾ ਰਿਹਾ, ਯਕੀਨ ਜਿਹਾ ਮੈਨੂੰ ਬਹੁਤ ਜ਼ਿਆਦਾ ਅਸਵਾਸ ਹੋ ਗਿਆ ਕਿ ਮੈਂ ਇੱਦਾਂ ਦਾ ਸੋਚਿਆ ਨਹੀਂ ਇਹਨਾਂ ਨੇ ਕਰ ਸਕਦੇ ਆ, ਚਾਹੇ ਇੱਦਾਂ ਦੇ ਹੋਣਗੇ। ਅਤੇ ਇੱਦਾਂ ਹੀ ਮੇਰੇ ਨਾਲ ਜਾਣੀ ਕਿ ਗੱਲ ਹੋਈ ਹੈ। ਉਹ ਤੋਂ ਬਾਅਦ ਮੇਰੇ ਨਾਲ ਕੋਈ ਇਹਨਾਂ ਨੇ ਜਦੋਂ 5 ਲੱਖ ਰੁਪਇਆ ਦੇ ਦਿੱਤਾ ਆ, ਕੋਈ ਗੱਲਬਾਤ ਨਹੀਂ ਇਹਨਾਂ ਨਾਲ ਮੇਰੀ ਹੋਈ। ਹਾਂਜੀ, ਜਾਣੀ ਨਿਊ ਅੰਮ੍ਰਿਤਸਰ ਕਿੱਦਾਂ ਦੀ ਮਤਲਬ ਕਿੱਦਾਂ ਦਾ ਪਹਿਰਾਵਾ ਸੀ ਇਹਨਾਂ ਦਾ ਜਿਹਨਾਂ ਰਖਾਵਾ ਤੇ ਲੱਗਣ ਨਹੀਂ ਦਿੱਤਾ ਜੀ, ਜਾਣੀ ਕਿ ਮੰਨ ਲਓ ਕਿ ਉਹਨਾਂ ਮੈਨੂੰ ਆਪਣਾ ਪਤਾ, ਜਿੱਦਾਂ ਮੰਨ ਲਓ ਕਿ ਇੱਕ ਤੇ ਪਛਾਣਿਆ ਜਾਂਦਾ ਨਾ ਕਿ ਆਹ ਬੰਦਾ ਇੱਦਾਂ ਦਾ ਜੀ, ਆਹ ਇੱਦਾਂ ਦਾ ਜੀ, ਪਰ ਉਹਨਾਂ ਦਾ ਨਹੀਂ ਹੋਈ ਜਾਂਦਾ ਜੀ। ਨਹੀਂ ਆਪੇ ਜਦੋਂ ਪੈਸੇ ਫੜਾਈ ਦੇ ਆ ਅਣਜਾਣ ਬੰਦੇ ਨੂੰ ਕਿੱਦਾਂ ਫੜਾਤੇ, ਕਿੱਦਾਂ ਮਤਲਬ ਤੁਹਾਨੂੰ ਜਾਣੀ ਕਿ ਤੁਸਾਂ ਮੈਂ ਦੱਸ ਰਿਹਾ ਹਾਂ ਕਿ ਪੈਸੇ ਦੇਣ ਤੋਂ ਬਾਅਦ ਜਦੋਂ ਮੇਰੇ ਨਾਲ ਗੱਲਬਾਤ ਦੋ ਚਾਰ ਗੱਲਾਂ ਹੋ ਗਈਆਂ ਨਾ। ਕਿੰਨੇ ਜਣੇ ਪੈਸੇ ਲੈਣ ਆਏ ਸੀ ਇਹਨਾਂ ਪਤਾ, ਹਾਂਜੀ, ਕਿੰਨੇ ਜਣੇ ਜਿਹੜੇ ਪੈਸੇ ਲੈਣ ਤੁਹਾਡੇ ਕੋਲ ਆਏ ਸੀ ਰਣਜੀਤ ਸਾਹਿਬ ਨੂੰ ਕਹਿ ਰਹੇ ਸੀ ਉਹ ਸੱਦਿਆ ਗਿਆ? ਇੱਕ ਉਹਦੀ ਭਤੀਜਾ ਸੀ, ਇੱਕ ਉਹਦਾ ਡਰਾਈਵਰ ਸੀ, ਇੱਕ ਆ ਗਈ ਕਹਤੇ ਕਿ ਹੋਟਲ 'ਚ ਜਾਂ ਕਿਸੇ ਗੱਡੀ 'ਚ ਕਹਤੀ? ਉਹ ਹੋਏ ਤੇ ਮੈਂ ਕਹੋ ਬੰਦ ਵੀ ਪਾਰਕ 'ਚ ਮਿਲੇ ਆ, ਠੀਕ ਹੈ ਜੀ, ਤੇ ਪਾਰਕ 'ਚ ਆਪਾਂ ਬੈਠੇ ਹਾਂ, ਗੱਲਬਾਤ ਹੋਈ ਹੈ, ਕੋਈ ਇਹੋ ਜਿਹੀ ਟੈਂਸ਼ਨ ਨਹੀਂ ਦਿੱਤੀ ਉਹਨਾਂ ਨੇ, ਤਾਂ ਜਾਣੀ ਕਿ ਮੈਨੂੰ ਪੂਰਾ ਜਿਹੜਾ ਨਾ ਯਕੀਨ ਤਾਂ ਲਾਇਆ ਹੋਇਆ। ਮਤਲਬ ਇੰਨੇ ਵਿਸ਼ਵਾਸ ਵਿੱਚ ਆ ਗਏ ਹੋ ਤੁਸੀਂ ਜਿਹੜਾ ਪੈਸੇ ਜਿਹੜਾ ਫੜਾ ਤੇ ਹਾਂਜੀ 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 ਬਿਲਕੁਲ ਉਹ ਰੈਕ ਹੈ। ਜਿਹੜੀ ਤੁਹਾਡੀ ਏਰੀਆ ਵਾਲੀ ਜਿਹੜੀ ਉਹਨੇ ਤਾਂ ਆਪਣੇ ਫਰੈਂਡ ਦਾ ਨੰਬਰ ਹੈਗਾ ਤੁਹਾਡੇ? ਹਾਂਜੀ ਹੈਗਾ ਕੀ ਨੰਬਰ ਹੈ ਉਹਦਾ? ਹਾਂਜੀ, ਕੀ ਨੰਬਰ ਸੀ ਜਿਹੜੇ ਫਰੈਂਡ ਨੰਬਰ ਮੇਰੇ ਫੋਨ 'ਚ ਜੀ, ਆਹ ਵੇਖ ਸਕਦੇ ਕਿਹੜੇ ਨੰਬਰ ਤੇ ਕਰਦੇ ਸੀ? ਇਸ ਨੰਬਰ ਫਿਰ ਉਸ ਤੋਂ ਅਗਲਾ ਵਾਕਿਆ ਕੀ ਹੋਇਆ? ਉਸ ਤੋਂ ਅਗਲਾ ਵਾਕਿਆ ਇਹਦਾ ਹੀ ਕਿ ਮੇਰੀ ਉਸ ਤੋਂ ਬਾਅਦ ਮੈਂ ਇਹ ਵੀ ਨੰਬਰ ਲਾਇਆ, ਬਾਹਰ ਵਾਲਾ ਵੀ ਲਾਇਆ, ਕੋਈ ਗੱਲਬਾਤ ਨਹੀਂ, ਬਾਅਦ 'ਚ ਮੈਨਾਂ ਫੋਨ ਚੁੱਕਣਾ ਬੰਦ ਕਰਤਾ ਨਾ? ਫੋਨ ਚੁੱਕਣਾ ਬੰਦ ਕਰਤਾ ਜੀ। ਇਹਦੇ ਸੰਬੰਧੀ ਤੁਸੀਂ ਕੋਈ ਪੁਲਿਸ ਨੂੰ ਕੰਪਲੇਂਟ ਕੀਤੀ? ਹਾਂਜੀ, ਮੈਂ ਵੀ ਆਇਆ ਸਮਝ, ਆਪਾਂ ਇਹਨਾਂ ਤੋਂ ਕੀ ਮੰਗ ਕਰਨੀ ਹੈ ਆਪਣਾ, ਜੋ ਵੀ ਮੰਨ ਲਓ ਵੀ ਮੈਨੂੰ ਪਤਾ ਆ ਵੀ ਲੱਭਣਾ ਦਿੰਦਾ ਹੈ ਨਹੀਂ, ਇਹੀ ਮੰਗ ਕਰਦੇ ਹਾਂ ਅਸੀਂ ਉਹਨਾਂ ਤੋਂ ਕਿ ਮੇਰੀ ਜਿਹੜੀ ਮਿਹਨਤ ਆ ਕੀਤੀ ਦਾ ਪਾਈ ਪਾਈ ਦਾ ਹਿਸਾਬ ਮੈਨੂੰ ਚਾਹੀਦਾ ਹੈ, ਤੇ ਇਹਨਾਂ 'ਤੇ ਪਰਚਾ ਹੋਣਾ ਚਾਹੀਦਾ। ਜਿਹੜੇ ਅੱਜ ਦੇ ਨੌਜਵਾਨ ਜਿਹੜੇ ਫਸ ਰਹੇ ਨੇ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਕਦੇ ਵੀ ਬਾਹਰ ਦੀ ਕਾਲ ਆਏ, ਕਦੇ ਵੀ ਇਹਨਾਂ ਝਾਂਸਿਆਂ 'ਚ ਨਾ ਫਸਣ। ਸ਼ਮਾ ਹੀ ਕਿ ਪਹਿਲਾਂ ਲੱਕੜ ਦਾ ਕੰਮ ਕਰਦਾ ਸੀ ਡਬਈ 'ਚ, ਉਸ ਤੋਂ ਬਾਅਦ ਕਿ ਇਹਦੇ ਨਾਲ ਇਹ 1 ਸਾਲ ਬਾਅਦ ਇਹ ਆ ਗਏ ਜੀ, 1 ਸਾਲ ਬਾਅਦ ਇਹ ਆ ਗਏ ਨੇ ਤੇ ਬਾਅਦ 'ਚ ਇਹਦੇ ਨਾਲ ਕੋਈ ਗੱਲਬਾਤ ਹੋ ਗਈ ਕੁੜੀ ਨਾਲ, ਕਾਤੇ ਹੋਏ ਕਾਤੇ ਗੱਲ ਫੇਸਬੁੱਕ ਤੇ ਇਹਦੇ ਨਾਲ ਗੱਲਬਾਤ ਹੋ ਗਈ ਆ। ਕੁੜੀ ਇਹ ਕਹਿੰਦੀ ਕਿ ਮੈਂ ਮੈਨੂੰ ਪਸੰਦ ਜੇ ਤੁਸੀਂ, ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ, ਤੁਹਾਨੂੰ ਮੈਂ ਆਪਣੇ ਨਾਲ ਲੰਡਨ ਖੜਨਾ ਚਾਹੁੰਦੀ ਹਾਂ। ਉਸ ਤੋਂ ਬਾਅਦ ਕੁੜੀ ਨੇ ਕੀ ਕਿਹਾ ਕਿ ਮੈਨੂੰ ਪੈਸੇ ਚਾਹੀਦੇ ਆ ਕਿ ਪੈਸੇ ਪਾ ਦਿਓ। ਉਸ ਤੋਂ ਬਾਅਦ ਇਹਨੇ ਪੈਸੇ ਪਾ ਦਿੱਤੇ, ਇਹਨੇ ਪਤਾ ਨਹੀਂ ਇਹਨੇ ਕਿਸ ਤਰ੍ਹਾਂ ਇਹਨੇ ਪੈਸਾ ਜੋੜਿਆ, ਇੱਧਰ ਵੀ ਦਿਹਾੜੀਆਂ ਦੱਪਾ ਕਰ ਕਰਕੇ ਇਹਨੇ ਪੈਸਾ ਜੋੜਿਆ। ਪੈਸੇ ਲੈਣੇ ਕੋਈ ਇਹਨੇ ਉਹਨੇ ਆਪਣੇ ਕੋਲ ਫਰੈਂਡ ਭੇਜੀ? ਹਾਂਜੀ, ਉਹਨੇ ਫਰੈਂਡ ਭੇਜੀ ਜੀ, ਉਹ ਕਹਿੰਦੀ ਕਿ ਮੈਂ ਆਪਣੀ ਫਰੈਂਡ ਭੇਜਣੀ ਆ ਕਿ ਉਹਦੇ ਹੱਥ ਤੁਸੀਂ ਪੈਸੇ ਭੇਜ ਦਿਓ। ਉਹ ਕੁੜੀ ਨੇ ਕੀ ਕੀਤਾ ਕਿ ਇਹਨੇ ਪੈਸੇ ਉਹਨੂੰ ਭੇਜ ਦਿੱਤੇ ਆ, 5 ਲੱਖ ਰੁਪਇਆ ਉਹਨੇ ਦੇ ਦਿੱਤਾ, ਸਾਰੇ ਫਰੂਪ ਵੀ ਲੈ ਲਏ। ਫਰੂਪਾਂ ਬਾਅਦ ਕੀ ਇਹਨੇ ਬਾਅਦ 'ਚ ਕੀ ਕੀਤਾ, ਕੁੜੀ ਨੇ ਗੱਲ ਕਰਨੋਂ ਹਟ ਗਈ, ਬਾਅਦ 'ਚ ਹਟ ਗਈ ਗੱਲ ਕਰਨੋਂ। ਤੇ ਉਸ ਤੋਂ ਬਾਅਦ ਕੀ ਇਹਨੇ ਆਪਣੇ ਘਰਦਿਆਂ ਨੂੰ ਵੀ ਨਹੀਂ ਦੱਸਿਆ
ਕਿ ਮੈਂ ਕੋਈ ਕੁੜੀ ਨਾ ਕਿ ਮੈਂ ਕਿਸੇ ਕੁੜੀ ਨੂੰ ਲੈ ਕਰਨਾ, ਮੈਂ ਉਹਨੂੰ ਪੈਸੇ ਲੱਗਾ ਪਾਉਣ, ਨਹੀਂ ਇਹਨੇ ਦੱਸਿਆ ਡਰਦੇ ਨੇ ਮਾਰੇ, ਨਹੀਂ ਕੁਝ ਨਹੀਂ ਬੋਲਿਆ, ਨਹੀਂ ਬੋਲਿਆ ਤੇ ਉਸ ਤੋਂ ਬਾਅਦ ਕੀ ਕੀਤਾ ਹੁਣ ਹੁਣ ਅਸਲ ਚ ਹੁਣ ਇਹਦੀ ਗੱਲ ਜਿਹੜੀ ਸਾਰੀ ਖੁੱਲ ਚੁੱਕੀ ਆ, ਸਾਰਾ ਪਤਾ ਲੱਗ ਗਿਆ ਆ ਕਿ ਇਹਦੀ ਵੀ ਕਿਸੇ ਕੁੜੀ ਨਾਲ ਗੱਲਬਾਤ ਹੀ, ਉਹਨੂੰ ਇਹਨੇ ਪੈਸੇ ਪਾਏ ਆ, ਧੋਖਾ ਹੀ ਹੋਇਆ ਇਹਦੇ ਨਾਲ, ਧੋਖਾ ਹੋਇਆ ਕਿ ਅਸੀਂ ਇਹੀ ਕਹਿੰਦੇ ਹਾਂ ਕਿ ਸਾਨੂੰ ਸਰਕਾਰ ਵੱਲੋਂ ਸਾਨੂੰ 5 ਲੱਖ ਰੁਪਇਆ ਜਿਹੜਾ ਇਹਦਾ ਮਾਰਿਆ ਵਾ ਗਰੀਬ ਦਾ ਉਹ ਮਿਲ ਜਾਏ। ਉਸ ਤੋਂ ਬਾਅਦ ਕਿ ਹੋਰ ਵੀ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਇਹੋ ਜਿਹੇ ਮਾਮਲੇ ਵਿੱਚ ਨਾ ਪੈ, ਬਹੁਤ ਕੁੜੀਆਂ ਇਹ ਧੋਖੇਬਾਜ਼ ਜੇ ਪੈਸਾ ਖਾ ਕੇ ਬਾਅਦ 'ਚ ਨਹੀਂ ਲਾਗੇ ਲੱਗਦੀਆਂ, ਆਪਣਾ ਸੋਚਦੀਆਂ ਨੇ ਅਗਲੇ ਦਾ ਨਹੀਂ ਸੋਚਦੀਆਂ ਕਿ ਕਿਸ ਨੇ ਕਿਸ ਤਰ੍ਹਾਂ ਪੈਸਾ ਕਮਾਇਆ ਕਿਸ ਤਰ੍ਹਾਂ ਨਹੀਂ ਕਮਾਇਆ। ਅਤੇ ਹੱਥ ਜੋੜ ਕੇ ਇਹੀ ਕਹਿੰਦੇ ਹਾਂ ਕਿ ਸਾਨੂੰ ਇਹ ਪੈਸਾ ਸਰਕਾਰ ਵੱਲੋਂ ਮਿਲਣਾ ਚਾਹੀਦਾ, ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ। ਨੌਜਵਾਨ ਨੇ ਦੱਸਿਆ ਕਿ ਕੁੜੀ ਨੇ ਉਸਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ ਅਤੇ ਹੁਣ ਫੋਨ ਨੰਬਰ ਵੀ ਬੰਦ ਕਰ ਦਿੱਤੇ, ਜਿਸ ਦੇ ਚੱਲਦਿਆਂ ਨੌਜਵਾਨ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਬਣੇ ਦੋਸਤਾਂ ਮਿੱਤਰਾਂ ਤੋਂ ਸਾਵਧਾਨ ਰਹਿਣ ਲਈ ਅਪੀਲ ਕੀਤੀ ਹੈ। ਹਕੀਕੀ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।